गुड आफ्टरनून स्टूडेंट्स, आज असी करांगे जंक्शन डायोड एज रेक्टिफायर। तो सब तो पहलों जंक्शन डायोड बारे ते आपां पढ़ लिया पिछले वीडियोस। सब तो पहलों यह कि रेक्टिफायर हुंदा की है। रेक्टिफायर जिहड़ा हुंदा एक डिवाइस हुंदी है जिहड़ी एसी नूं डीसी च कन्वर्ट करदी है। ठीक है, एसी पावर नूं उहने डीसी पावर दे विच कन्वर्ट करना, दैट इज़ रेक्टिफायर। रेक्टिफायर जिहड़े ने उह दो तरहां दे हुंदे ने, हाफ वेव एंड फुल वेव। ठीक, जिहड़ा पिछों एसी करंट आंदा आ उहदा एक पॉजिटिव हाफ साइकल हुंदा, एक नैगेटिव हाफ साइकल हुंदा। ठीक, उहदे विचों आपां अगर आपां उहनूं रैक्टीफाई करना आ, ठीक है, तो आपां रैक्टीफायर दा जिहड़ा आ उह यूज़ करांगे तां कि जिहड़ा एसी आ उह डीसी च कन्वर्ट हो जाए। उहदे च जिहड़ा हाफ वेव रैक्टीफायर है उहदे च की हुंदा आ कि उह वाला ए वाला रैक्टीफायर जिहड़ा आ दो जिहड़े पिछों एसी दे दो हाफ्स आ रहे ने पॉजिटिव एंड नैगेटिव, उहनां दे विचों एक हाफ नूं रैक्टीफाई कर दिंदा आ, दूसरे हाफ नूं रैक्टीफाई नहीं करता। ठीक है, सो मतलब एक बार तुहाडे को आउटपुट आती है, एक बार आउटपुट नहीं आती। सो वो वाला जिहड़ा रैक्टीफायर है जिहड़ा सिर्फ एक हाफ नूं रैक्टीफाई करता है एसी इनपुट दे, उहनूं आपां बोलदे हां हाफ वेव रैक्टीफायर। ठीक, उस तो बाद है प्रिंसीपल। प्रिंसीपल इहदा जंक्शन डायोड दी आपां वर्किंग कीती सी फॉरवर्ड बायसिंग एंड रिवर्स बायसिंग दे विच। उदों ही आपां कंकलूजन कढ़िया सीगा कि जिहड़ी पी एन जंक्शन डायोड है वह रिवर्स बायस्ड वर्क नहीं करती, वह फॉरवर्ड बायसिंग च वर्क करती है। सो इहदा भी सेम प्रिंसीपल आ कि जिहड़ी जंक्शन डायोड है वह जदों फॉरवर्ड बायसिंग करते हैं आपां उहदी ते वह लो रजिस्टेंस ऑफर करती है, पर जदों आपां उहदी रिवर्स बायसिंग कर दिंदे आ ते वह हाई रजिस्टेंस जिहड़ी आ ऑफर करती है। नैक्सट है रैक्टीफायर दी अरेंजमेंट। ਇਹਦੇ ਵਿੱਚ ਇੱਕ ਟਰਾਂਸਫਾਰਮ ਲੱਗਾ ਹੁੰਦਾ, ਟਰਾਂਸਫਾਰਮਰ ਜਿਹੜਾ ਆ ਉਹ ਸਟੈਪ ਡਾਊਨ ਟਰਾਂਸਫਾਰਮਰ ਲਾਉਣਾ ਤੁਸੀਂ। ਠੀਕ ਹੈ, ਪ੍ਰਾਇਮਰੀ ਕੋਇਲ ਹੈ ਜਿਹੜੀ ਉਹਦੀ, ਉਹਦੇ ਨਾਲ ਆਪਾਂ ਏਸੀ ਇਨਪੁੱਟ ਲਾਤੀ ਜਿਹਨੂੰ ਆਪਾਂ ਰੈਕਟੀਫਾਈ ਕਰਨਾ। ਠੀਕ ਹੈ, ਸੋ ਕੀ ਹੋਏਗਾ ਅੱਗੇ, ਆਪਾਂ ਸੈਕੰਡਰੀ ਕੋਇਲ ਦੇ ਨਾਲ ਲਗਾਤਾ ਪੀ ਐਨ ਜੰਕਸ਼ਨ ਡਾਇਓਡ। ਠੀਕ, ਔਰ ਇੱਥੇ ਆਪਾਂ ਲਗਾਤੀ ਆਰ ਐਲ। ਆਰ ਐਲ ਕੀ ਹੈ? ਲੋਡ ਰਜਿਸਟੈਂਸ। ਔਰ ਇੱਥੇ ਸਾਡੇ ਕੋਲ ਡੀ ਸੀ ਆਊਟਪੁੱਟ ਆਏਗੀ। ਲੋਡ ਰਜਿਸਟੈਂਸ ਦਾ ਮਤਲਬ ਹੁੰਦਾ ਜਿੱਦਾਂ ਆਪਾਂ ਬਲਬ ਲਗਾਤਾ, ਜਦੋਂ ਵੀ ਬਲਬ ਜਿਹੜਾ ਆ ਉਹ ਜਗੇਗਾ ਗਲੋ ਕਰੇਗਾ ਉਦੋਂ ਕਰੰਟ ਪਾਸ ਹੋਇਆ, ਜਦੋਂ ਉਹ ਨਹੀਂ ਗਲੋ ਕਰੇਗਾ ਉਦੋਂ ਕਰੰਟ ਪਾਸ ਨਹੀਂ ਹੋਇਆ। ਠੀਕ ਹੈ, ਸੋ ਇਹ ਸਾਡੇ ਕੋਲ ਕੀ ਹੈ? ਅਰੇਂਜਮੈਂਟ ਆ ਰੈਕਟੀਫਾਇਰ ਦੀ। ਉਸ ਤੋਂ ਬਾਅਦ ਕੀ ਹੈ, ਹੁਣ ਜਦੋਂ ਫਸਟ ਹਾਫ ਸਾਈਕਲ ਆਇਆ, ਠੀਕ ਹੈ, ਮੰਨ ਲਓ ਇੱਥੇ ਨੈਗੇਟਿਵ ਹੈ, ਠੀਕ ਹੈ, ਇੱਥੇ ਪੋਜ਼ਿਟਿਵ ਹੈ, ਇੰਡਕਸ਼ਨ ਦੇ ਕਰਕੇ ਇੱਥੇ ਪੋਜ਼ਿਟਿਵ ਆ ਜਾਏਗਾ ਅਤੇ ਇੱਥੇ ਨੈਗੇਟਿਵ ਆ ਜਾਏਗਾ। ਠੀਕ ਹੈ, ਹੁਣ ਜਿਹੜਾ ਮਤਲਬ ਇਹ ਹੈ ਕਿ ਜਿਹੜੀ ਪੀ ਹੈ ਉਹ ਪੋਜ਼ਿਟਿਵ ਦੇ ਨਾਲ ਕੁਨੈਕਟਿਡ ਆ, ਐਨ ਜਿਹੜੀ ਆ ਉਹ ਨੈਗੇਟਿਵ ਦੇ ਨਾਲ ਕੁਨੈਕਟਿਡ ਆ। ਮੀਨਸ ਕਿ ਫੋਰਵਰਡ ਬਾਇਸਿੰਗ ਹੋ ਗਈ। ਫੋਰਵਰਡ ਬਾਇਸਿੰਗ ਹੋ ਗਈ ਤਾਂ ਫਿਰ ਕੀ ਹੋਏਗਾ? ਇਹਦੇ ਵਿੱਚ ਉਹ ਕਰੰਟ ਜਿਹੜਾ ਆ ਉਹ ਪਾਸ ਕਰੇਗਾ ਕਿਉਂਕਿ ਇਹ ਕੰਡਕਟ ਕਰੇਗੀ। ਇਹਦਾ ਪ੍ਰਿੰਸੀਪਲ ਇਹੀ ਆ ਕਿ ਜੰਕਸ਼ਨ ਡਾਇਓਡ ਜਿਹੜੀ ਆ ਉਦੋਂ ਕੰਡਕਟ ਕਰਦੀ ਹੈ ਜਦੋਂ ਉਹ ਫਾਰਵਰਡ ਬਾਇਸ ਹੁੰਦੀ ਹੈ। ਠੀਕ ਹੈ, ਇਹਦੀ ਹੁਣ ਫਾਰਵਰਡ ਬਾਇਸਿੰਗ ਹੋਈ ਹੈ, ਇਸ ਕਰਕੇ ਇਹ ਜਿਹੜੀ ਆ ਕੰਡਕਟ ਕਰੇਗੀ ਅਤੇ ਕਰੰਟ ਜਿਹੜਾ ਆ ਉਹ ਸਾਡੇ ਕੋਲ ਆਏਗਾ, ਸਾਨੂੰ ਆਊਟਪੁੱਟ ਮਿਲੇਗੀ। ਠੀਕ ਹੈ, ਜਦੋਂ ਦੂਸਰਾ ਹਾਫ ਸਾਈਕਲ ਆਇਆ, ਇੱਥੇ ਪੋਜ਼ਿਟਿਵ ਹੋ ਗਿਆ, ਇੱਥੇ ਨੈਗੇਟਿਵ ਹੋ ਗਿਆ, ਇੱਥੇ ਨੈਗੇਟਿਵ ਹੋ ਗਿਆ, ਇੱਥੇ ਪੋਜ਼ਿਟਿਵ ਹੋ ਗਿਆ, ਫਿਰ ਕੀ ਹੋਏਗਾ? ਪੀ ਜਿਹੜਾ ਆ ਉਹ ਨੈਗੇਟਿਵ ਨਾਲ ਕੁਨੈਕਟ ਆ ਅਤੇ ਐਨ ਜਿਹੜਾ ਆ ਉਹ ਪੋਜ਼ਿਟਿਵ ਨਾਲ ਕੁਨੈਕਟ ਆ, ਫਿਰ ਕੀ ਹੋਏਗਾ? ਉਹਦੇ ਨਾਲ ਜਿਹੜਾ ਆ ਇਹ ਰਿਵਰਸ ਬਾਇਸਿੰਗ ਹੋ ਗਈ ਇਹਦੀ ਪੀ ਐਨ ਜੰਕਸ਼ਨ ਡਾਇਓਡ ਦੀ, ਫਿਰ ਇਹ ਡਾਇਓਡ ਨੇ ਕੰਡਕਟ ਨਹੀਂ ਕਰਨਾ, ਮਤਲਬ ਸਾਡੇ ਕੋਲ ਆਊਟਪੁੱਟ ਨਹੀਂ ਆਉਣੀ। ਇਹਦਾ ਮਤਲਬ ਇਹ ਹੈ ਕਿ ਜਿਹੜਾ ਹਾਫ ਵੇਵ ਰੈਕਟੀਫਾਇਰ ਆ ਉਹ ਸਾਨੂੰ ਇੱਕ ਸਾਈਕਲ ਦੇ ਵਿੱਚ ਆਊਟਪੁੱਟ ਦਿੰਦਾ ਆ, ਦੂਸਰੇ ਸਾਈਕਲ 'ਚ ਉਹਨੇ ਸਾਨੂੰ ਆਊਟਪੁੱਟ ਨਹੀਂ ਦੇਣੀ। ਜਦੋਂ ਪੀ ਐਨ ਜੰਕਸ਼ਨ ਡਾਇਓਡ ਦੀ ਫਾਰਵਰਡ ਬਾਇਸਿੰਗ ਹੋਏਗੀ ਉਦੋਂ ਸਾਡੇ ਕੋਲ ਆਊਟਪੁੱਟ ਆਏਗੀ, ਜਦੋਂ ਪੀ ਐਨ ਜੰਕਸ਼ਨ ਡਾਇਓਡ ਦੀ ਰਿਵਰਸ ਬਾਇਸਿੰਗ ਹੋਏਗੀ ਉਦੋਂ ਸਾਡੇ ਕੋਲ ਆਊਟਪੁੱਟ ਨਹੀਂ ਆਏਗੀ। ਇਸ ਤਰ੍ਹਾਂ ਕੀ ਹੁੰਦਾ ਜਾਏਗਾ? ਪ੍ਰੋਸੈਸ ਜਿਹੜੀ ਆ ਉਹ ਚੱਲਦੀ ਜਾਏਗੀ, ਕਿਉਂਕਿ ਜਿਹੜਾ ਹਾਫ ਰੈਕਟੀਫਾਇਰ ਹੈ, ਹਾਫ ਵੇਵ ਰੈਕਟੀਫਾਇਰ ਹੈ ਸੋਰੀ, ਉਹ ਕੀ ਕਰਦਾ ਪਿਆ? ਇੱਕ ਹਾਫ ਨੂੰ ਰੈਕਟੀਫਾਈ ਕਰਦਾ ਪਿਆ, ਦੂਜੇ ਨੂੰ ਨਹੀਂ ਕਰਦਾ ਪਿਆ। ਇਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਜਿਹੜੀ ਇਲੈਕਟ੍ਰੀਕਲ ਐਨਰਜੀ ਆ ਉਹ ਕਾਫੀ ਵੇਸਟ ਹੋ ਰਹੀ ਆ, ਇਸ ਕਰਕੇ ਆਪਾਂ ਹਾਫ ਵੇਵ ਰੈਕਟੀਫਾਇਰ ਨੂੰ ਪ੍ਰੈਫਰ ਨਹੀਂ ਕਰਦੇ। ਨੈਕਸਟ ਆਪਾਂ ਬਣਾਵਾਂਗੇ ਉਹਦੇ ਇਨਪੁੱਟ ਆਊਟਪੁੱਟ ਵੇਵ ਫੋਰਮਸ। ਆ ਗਈ ਤੁਹਾਡੇ ਕੋਲ ਇਨਪੁੱਟ, ਏਸੀ ਇਨਪੁੱਟ ਹੈ, ਠੀਕ ਹੈ, ਉਹਦੇ ਅਕੋਰਡਿੰਗ ਆਪਾਂ ਡੀਸੀ ਆਊਟਪੁੱਟ ਲੈਣੀ ਹੈ। ਪਹਿਲੇ ਹਾਫ ਸਾਈਕਲ ਨੂੰ ਉਹਨੇ ਰੈਕਟੀਫਾਈ ਕਰਤਾ, ਆਊਟਪੁੱਟ ਆ ਗਈ, ਦੂਸਰੇ ਵਿੱਚ ਆਊਟਪੁੱਟ ਸਾਡੇ ਕੋਲ ਨਹੀਂ ਆਈ, ਨੈਕਸਟ ਹਾਫ ਸਾਈਕਲ 'ਚ ਫਿਰ ਆਊਟਪੁੱਟ ਆਏਗੀ, ਉਸ ਤੋਂ ਨੈਕਸਟ ਹਾਫ ਸਾਈਕਲ ਦੇ ਵਿੱਚ ਜਿਹੜੀ ਆਊਟਪੁੱਟ ਨਹੀਂ ਆਏਗੀ। ਇਹ ਜਿਹੜੀ ਆਊਟਪੁੱਟ ਆਈ ਹੈ ਇਹ ਫਾਰਵਰਡ ਬਾਇਸਿੰਗ ਕਰਕੇ ਆਈ ਹੈ, ਜਦੋਂ ਪੀ ਐਨ ਜੰਕਸ਼ਨ ਡਾਇਓਡ ਦੀ ਰਿਵਰਸ ਬਾਇਸਿੰਗ ਹੋਈ ਹੈ ਉਦੋਂ ਸਾਡੇ ਕੋਲ ਆਊਟਪੁੱਟ ਨਹੀਂ ਆਈ। ਨੈਕਸਟ ਆਪਾਂ ਕਰਾਂਗੇ ਫੁੱਲ ਵੇਵ ਰੈਕਟੀਫਾਇਰ। ਫੁੱਲ ਵੇਵ ਰੈਕਟੀਫਾਇਰ ਜਿਹੜਾ ਹੁੰਦਾ ਉਹ ਦੋਨੋਂ ਹਾਫਸ ਨੂੰ ਕੀ ਕਰਦਾ ਹੈ? ਰੈਕਟੀਫਾਈ ਕਰਦਾ ਹੈ, ਠੀਕ ਹੈ।
एसी दे दोनों हाफ्स नू रेक्टिफाई करेगा तो साढ़े को दोनों वार ही जिहड़ी आउटपुट आएगी। प्रिंसीपल इहदा भी सेम आ कि जदों भी पी एन जंक्शन डायोड नू फॉरवर्ड बायस किया जाता है वह रजिस्टेंस घट ऑफर करती है तो कंडक्ट करती है, तो जो पी एन जंक्शन डायोड नू रिवर्स बायसिंग की जाती है वह उदों रजिस्टेंस ज़्यादा ऑफर करती है तो कंडक्ट नहीं करती। ठीक है, इहदी अरेंजमेंट दे विच सिर्फ डिफरेंस इन्ना आ कि जिहड़ी साढ़े को हाफ वेव रैक्टीफायर से उस आपां एक डायोड लगाई सी, इहदे विच आपां दो डायोड्स लगातियां आ। स्टैप डाउन ट्रांसफॉर्मर ही यूज़ करोगे, उहदी प्राइमरी कॉयल दे नाल एस जिहड़ा सॉरी एसी जिहड़ा आ उह आपां कनैक्ट कर दिता आ, एक डायोड लई D1 दूसरी डायोड लई D2 और सेंटर दे विच इहदी जिहड़ी आ साढ़े को आउटपुट है DC आउटपुट आपां इत्थे लैनी आ अक्रॉस लोड रजिस्टेंस। हुण देखो जदों फस्ट हाफ साइकिल आया, मतलब इत्थे मान लो पॉजिटिव है, इत्थे की है नैगेटिव, आ वाली जिहड़ी डायोड आ ये फॉरवर्ड बायसिंग होगी, आ वाले डायोड की रिवर्स बायसिंग होगी, मीनस D1 कंडक्ट करेगी D2 कंडक्ट नहीं करेगी, पर एक भी कंडक्ट करगी तो करंट जिहड़ा है वह फ्लो होएगा इन द फॉर्म ऑफ फुल एरोस आ वाला उपर वाले सर्किट च। ठीक है, ये हो गया पहला हाफ साइकिल जिहदे विच D1 कंडक्ट कीती सी D2 नहीं कीती। हुण जो सैकेंड हाफ साइकिल आएगा इत्थे आ गया माइनस इत्थे आ गया प्लस, फिर की होएगा हुण आ फॉरवर्ड बायस हो गई है, D2 की फॉरवर्ड बायसिंग हुई है और D1 की रिवर्स बायसिंग हो गई है। हुण जिहड़ी D2 है वह कंडक्ट करेगी, D1 कंडक्ट नहीं करेगी, सो एक दे भी कंडक्ट करन दे नाल साढ़े को इत्थे आउटपुट आ जाएगी इन द फॉर्म ऑफ डॉटेड एरोस। ठीक, हुण इहदा मतलब यह है कि एक हाफ साइकिल च D1 कंडक्ट करती पई है, एक च D2 कंडक्ट करती पई है। ठीक है, अगले हाफ च फिर की हो जाएगा, D1 करेगी D2 नहीं करेगी, उस तो अगले हाफ च D2 करेगी D1 नहीं करेगी, मीनस कि एक हाफ साइकिल दे विच एक डायोड कंडक्ट करेगी दूसरी नहीं करेगी, बट साढ़े को आउटपुट जिहड़ी आ उह दोनों केसिस दे विच ही आएगी। सो इहदे वेवफॉर्म्स किद्दां बणनगे, इनपुट आउटपुट वेवफॉर्म्स बनाने हैं। यह आ गई साढ़े को इनपुट AC DC विच, आ जिहड़े पहला हाफ साइकिल च D1 कंडक्ट कीती, दूसरे च D2, तीसरे च D1, चौथे च D2, फिर D1, सो सानू हर एक केस दे विच जिहड़ी आ ओह आउटपुट मिली आ। हुण जिहड़ी साढ़े को आउटपुट मिली आ ये पूरी DC नहीं हैगी, इहदा सिर्फ एक हाफ खत्म होया। ठीक है, पॉजिटिव ते नैगेटिव हाफ जिहड़े ने उहनां विचों एक हाफ जिहड़ा खत्म हो गया, बट ये पूरी जिहड़ी है DC नहीं आ, ये पलसिज आ इहदे विच अजे भी, पलसेटिंग आ नेचर दे विच। सो ये चीज़ नूं रिमूव करन वास्ते इहदे विचों ए वाली जिहड़ी चीज़ है ਇਹਦੇ ਵਿੱਚੋਂ ਜਿਹੜਾ ਵੀ ਥੋੜ੍ਹਾ ਬਹੁਤਾ AC ਕੰਪੋਨੈਂਟ ਬਚਿਆ ਆ ਉਹਨੂੰ ਰਿਮੂਵ ਕਰਨ ਵਾਸਤੇ ਆਪਾਂ ਫਿਲਟਰ ਸਰਕਿਟ ਯੂਜ਼ ਕਰਦੇ ਹਾਂ, ਔਰ ਫਿਲਟਰ ਸਰਕਿਟ ਦਾ ਮਤਲਬ ਦੇ ਵਿੱਚ ਆਪਾਂ ਕਪੈਸਿਟਰ ਯੂਜ਼ ਕਰਦੇ ਹਾਂ। ਕਪੈਸਿਟਰ ਜਿਹੜਾ DC ਨੂੰ ਬਲੋਕ ਕਰ ਲੈਂਦਾ ਹੈ ਅਤੇ AC ਨੂੰ ਪਾਸ ਕਰਾ ਦਿੰਦਾ ਹੈ। ਜਦੋਂ ਆਪਾਂ ਰੈਕਟੀਫਾਇਰ ਆ ਜਿਹੜਾ ਇਹਦੇ ਅੱਗੇ ਕਪੈਸਿਟਰ ਲਗਾ ਦਾਂਗੇ ਤਾਂ ਕੀ ਕਰੇਗਾ ਕਿ ਕਪੈਸਿਟਰ ਇਹਦੇ ਵਿੱਚੋਂ ਜਿਹੜਾ ਆ DC ਨੂੰ ਸਟੋਰ ਕਰ ਲਏਗਾ ਅਤੇ AC ਨੂੰ ਕੀ ਕਰਾ ਦੇਗਾ, ਪਾਸ ਕਰਵਾ ਦੇਗਾ, ਅਤੇ ਸਾਨੂੰ ਜੋ ਵੀ ਆਊਟਪੁੱਟ ਕਪੈਸਿਟਰ 'ਚ ਮਿਲੇਗੀ ਉਹ DC ਹੋਏਗੀ। ਸੋ ਆਹ ਜਿਹੜਾ ਪਲਸੇਟਿੰਗ ਨੇਚਰ ਸੀਗਾ ਇਹਨੂੰ ਜਦੋਂ ਆਪਾਂ ਇਹਦੇ ਅੱਗੇ ਕਪੈਸਿਟਰ ਲਗਾ ਤਾ ਰੈਕਟੀਫਾਇਰ ਦੇ ਅੱਗੇ, ਤਾਂ ਸਾਡੇ ਕੋਲ ਜਿਹੜੀ ਰੈੱਡ ਲਾਈਨ ਮੈਂ ਸ਼ੋ ਕਰ ਰਹੀ ਹਾਂ ਕੁਛ ਇੱਦਾਂ ਦੀ ਆਊਟਪੁੱਟ ਆਏਗੀ ਜਿਹੜੀ ਕਿ ਆਲਮੋਸਟ ਜਿਹੜੀ ਆ ਉਹ ਪੂਰੀ ਦੀ ਪੂਰੀ ਲਗਭਗ DC ਹੀ ਹੋਵੇਗੀ। ਠੀਕ ਹੈ, ਕਿਉਂਕਿ ਕਪੈਸਿਟਰ ਨੇ DC ਨੂੰ ਬਲੋਕ ਕਰ ਲਿਆ ਆ, AC ਨੂੰ ਪਾਸ ਕਰਵਾ ਦਿੱਤਾ ਆ, ਸੋ ਕਪੈਸਿਟਰ ਦੇ ਵਿੱਚ ਸਟੋਰ ਜਿਹੜੀ ਆਊਟਪੁੱਟ ਹੋਏਗੀ ਦੈਟ ਵਿਲ ਬੀ DC। ਸੋ ਜਿਹੜਾ ਵੀ ਰੈਕਟੀਫਾਇਰ ਆ ਉਹਦੇ ਵਿੱਚ ਜਿਹੜੀ ਆਊਟਪੁੱਟ ਆਉਂਦੀ ਆ, ਅਗਰ ਤੁਸੀਂ ਉਹਦੇ ਵਿੱਚੋਂ ਜਿਹੜਾ ਆ AC ਕੰਪੋਨੈਂਟ ਰਿਮੂਵ ਕਰਨਾ ਹੈ ਤਾਂ ਆਪਾਂ ਉਹਦੇ ਅੱਗੇ ਫਿਲਟਰ ਸਰਕਿਟ ਲਗਾ ਦਿੰਦੇ ਹਾਂ ਇਨ ਵਿੱਚ ਕਪੈਸਿਟਰ ਇਜ਼ ਯੂਜ਼ਡ।